ओए मोटरसाइकिल पान दियो मन्नु मार मार परे हया तू मार आ गया मार बर्थडे मनाना वा सर सा हाल करके गए घरे बोतल मारियां जी की मामला की सारा जरा मामला भाई इदा वा कि अचानक मैं अंदर सीगा जी ते मुंडे आए बाकी तीन चार आप देखे नहीं गए मैं अंदर सीगा ते आगे ताबड़तोड़ हमला जिहा कीता गया जी ते भाई आप ये चीज कह रहे हैं देखो 15 अगस्त आ रही है ते आपां नूं की प्रशासन की कर रही है ते अज जिहड़ा मामला है कि जिहड़ा गोली चली तुहानूं आवाज सुनी कि गोली चली कुछ भाई आवाज तां पूरी कॉलोनी किन्नियां गोलियां चलीआं करीब भाई करीब मैं तां 300 सुनीआं जी की मामला की है सारा जिहड़ा जी सर मामला ये हुआ मेरे भरा का अज बर्थडे सी जी ते साडे ना इना दी पहला भी रंजन आ कुड़ी दा मामा सोहरा वा कुड़ी दा नहीं मुंडे दा ठीक है जी ते ओदे नाल भाई ओदा ओनू सानू फोन आया कहंदा अज तेरे भरा दा बर्थडे मनाना वा ते आ सर साडे इदा हाल करके गए साडे घरे बोतल मारियां कौन लोग ने कौन है जिन्हां गोली चलाईयां राजवीर ਕਿਹੜੀ ਜਗ੍ਹਾ ਤੋਂ ਵਿਆਹ ਉਹ ਸਰ ਆਪਣੇ ਇੱਥੋਂ ਆਈ ਨਹਿਰ ਦੇ ਕੋਲੋਂ ਸਟੇਡੀਅਮ ਦੇ ਕੋਲ ਟੋਟਲ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਫਾਇਰ ਕੀਤੇ ਕਿੰਨੇ ਜਾਣੇ ਸੀ ਉਹ ਤਾਂ ਸਰ 20-25 ਜਾਣੇ ਕੋਈ ਪੁਰਾਣੀ ਗੰਜਸ਼ ਹੈ ਤੁਹਾਡੀ ਕੋਈ ਨਹੀਂ ਸਰ ਆ ਕੁੜੀ ਨੇ ਵਿਆਹ ਕਰਾਇਆ ਵਾ ਸਾਡੇ ਘਰੇ ਠੀਕ ਹੈ ਜੀ ਤੇ ਇਹਦੇ ਕਰਕੇ ਸਰ ਕਹਿੰਦਾ ਪੁਲਿਸ ਵੀ ਸਾਡਾ ਕੁਝ ਨਹੀਂ ਕਰ ਸਕਦੀ ਇਹ ਸਭ ਕੁਝ ਇਦਾਂ ਕਹਿੰਦੇ ਇਹ ਕੌਣ ਕਹਿ ਰਿਹਾ ਬੰਦਾ ਕੀ ਨਾਮ ਕੀ ਉਹਦਾ ਰਾਜਵੀਰ ਮੰਨੂ ਤੇ ਮੁੰਡਾ ਇਹਦੇ ਨਾਲ ਗੱਬਰ ਦੋ ਜਣੇ ਜਿਹਨੇ ਆਏ ਸੀ ਆ ਸਾਰੀ ਇੱਟਾਂ ਜਿਹਨੇ ਸਰ ਆਏ 20-25 ਜਣੇ ਆ ਜੀ ਹਾਂਜੀ ਤੇ ਘਰ ਦੇ ਅੰਦਰ ਐਂਟਰ ਹੋਏ ਜਾਂ ਬਾਹਰੋਂ ਹਮਲਾ ਕੀਤਾ ਬਾਹਰੋਂ ਹਮਲਾ ਕੀਤਾ ਅੰਦਰ ਬਸ ਅੰਦਰ ਦੇ ਅੰਦਰ ਭਗਵਾਨ ਨੂੰ ਕੋਈ ਗੋਲੀ ਸਰ ਉੱਥੋਂ ਚਲਾਈ ਆ ਇੱਕ ਇੱਥੇ ਆ ਕੇ ਚਲਾਈ ਕੋਈ ਜਾਨੀ ਨੁਕਸਾਨ ਤਾਂ ਨਹੀਂ ਆ ਕੇ ਦੇ ਕੋਈ ਦਾ ਕੋਈ ਮਾਰਿਆ ਤਾਂ ਨਹੀਂ ਕਿਸੇ ਦੇ ਉੱਪਰ ਉਹਨਾਂ ਨੇ ਕੁਝ ਸਰ ਗੋਲੀਆਂ ਹੀ ਚਲਾਈਆਂ ਵਾ ਤੇ ਆ ਇਸਾ ਰੋੜੇ ਮਾਰੇ ਆ ਸਾਡੇ ਇੱਥੇ ਦਾਤ ਮਾਰੇ ਆ ਸਾਰਾ ਘਰ ਸਾਡਾ ਤੋੜ ਗਿਆ ਠੀਕ ਹੈ ਜੀ ਕੀ ਮਾਮਲਾ ਕੀ ਸਾਰਾ ਜਿਹੜਾ ਤੁਹਾਡੇ ਮਾਮਲਾ ਭਈ ਇਦਾਂ ਵਾ ਕਿ ਅਚਾਨਕ ਮੈਂ ਅੰਦਰ ਸੀਗਾ ਜੀ ਤੇ ਮੁੰਡੇ ਆਏ ਬਾਕੀ ਤਿੰਨ ਚਾਰ ਆਪਾਂ ਦੇਖੇ ਨਹੀਂ ਗਏ ਮੈਂ ਅੰਦਰ ਸੀਗਾ ਤੇ ਆ ਕੇ ਤਾਬੜ ਤੋੜ ਹਮਲਾ ਜਿਹਾ ਕੀਤਾ ਗਿਆ ਜੀ ਤੇ ਭਈ ਆਪਾਂ ਇਹ ਚੀਜ਼ ਕਹਿ ਰਹੇ ਦੇਖੋ 15 ਅਗਸਤ ਆ ਰਹੀ ਹੈ ਤੇ ਆਪਾਂ ਨੂੰ ਕੀ ਪ੍ਰਸ਼ਾਸਨ ਕੀ ਕਰ ਰਹੀ ਹੈ ਤੇ ਅੱਜ ਜਿਹੜਾ ਅੱਜ ਜਿਹੜਾ ਮਾਮਲਾ ਹੈ ਕਿ ਜਿਹੜਾ ਗੋਲੀ ਚੱਲੀ ਤੁਹਾਨੂੰ ਆਵਾਜ਼ ਸੁਣੀ ਕਿ ਗੋਲੀ ਚੱਲੀ ਕੁਛ ਭਾਈ ਆਵਾਜ਼ ਤਾਂ ਪੂਰੀ ਕਲੋਨੀ ਕਿੰਨੀਆਂ ਗੋਲੀਆਂ ਚੱਲੀਆਂ ਕਰੀਬ ਭਾਈ ਕਰੀਬ ਮੈਂ ਤਾਂ 300 ਸੁਣੀਆਂ ਮੈਂ ਹਰਦੇਵ ਸਿੰਘ ਸਬਡਕਟਰ ਐਸਟ ਥਾਣਾ ਪਰ ਜੀ ਸਰ ਕੀ ਮੈਟਰ ਕੀ ਹੋਇਆ ਸਰ ਮੈਟਰ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਲੜਾਈ ਝਗੜਾ ਹੋਇਆ ਈਸ਼ਵਰ ਨਗਰ ਗਲੀ ਨੰਬਰ 8 ਦੇ ਵਿੱਚ ਅਸੀਂ ਮੌਕੇ ਤੇ ਆਏ ਆ ਤੇ ਸਾਨੂੰ ਉੱਥੇ ਘਰ ਦੇ ਵਿੱਚ ਬਹੁਤ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਇੱਕ ਕਰਨ ਕਲਿਆਣ ਨਾਮ ਦਾ ਲੜਕਾ ਮਿਲਿਆ ਉਹਨੇ ਦੱਸਿਆ ਕਿ ਮੇਰੀ ਭਰਜਾਈ ਹੈ ਹੀਰਾ ਵਾਈਫ ਆਫ ਅਰਜਨ ਕਲਿਆਣ ਅਤੇ ਇਹਨਾਂ ਦੇ ਆਪਸ 'ਚ ਕੋਈ ਉਹਦੇ ਅਰਜਨ ਦੇ ਅਤੇ ਹੀਰਾ ਦੇ ਆਪਸ 'ਚ ਕੋਈ ਬੈਠੇ ਸੀਗੇ ਕਾਫੀ ਸਮੇਂ ਤੋਂ ਇਹ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਇਹਨਾਂ ਦਾ ਜਿਹੜਾ ਮਾਮਾ ਸੀ ਰਾਜਵੀਰ ਉਹ ਲੜਕੀ ਦਾ ਉਹ ਇਸ ਵਿਆਹ ਵਿੱਚ ਚੰਦ ਰਹੀ ਸੀ ਇਸ ਕਰਕੇ ਉਹਦੀ ਫਿਰ ਲੜਕੀ ਦੀ ਨਾਨੀ ਹੈ ਅਤੇ ਮਾਮੀ ਹੈ ਇਹ ਲੜਕੀ ਦੇ ਪੇਰੈਂਟਸ ਦੀ ਮੌਤ ਹੋ ਚੁੱਕੀ ਹੈ ਜੀ ਸਰ ਅਤੇ ਇਹ ਆਪਣੇ ਨਾਨਾ ਨਾਨੀ ਕੋਲ ਰਹਿੰਦੀ ਸੀ ਅਤੇ ਕੋਟ ਸਿੰਘ ਦਾ ਵੀ ਕੋਈ ਪਿੰਡ ਹੈ ਕੋਟ ਸਿੰਘ ਦੇ ਨੇੜੇ ਸੀ ਜੀ ਸਰ